मारा उठ रहा भाजी नाम प्रभजीत सिंह है जी। साड़ी फर्म है भाई चतर सिंह जीवन सिंह बाजार मई सिंह। सर बेटा के एफ सी के बाहर उसे खाना लैन आया तो दोवें बेटे से मेरे तो वो एकदम ही पिछों दो बंदे आए ने ते दो अगे आ के बह गए तो बेटे नू गन ते मत्थे ते लाती उहदे ते एक ने उन्होंने मतलब उन्हें मोढ़ा मार के बाहर निकल गया तो दूजे नू मूँह बन के बन बंद करके दो पिछों उन्होंने फड़ लिया तो उन्होंने भजा के लै गए गड्डी गड्डी ऑटोमैटिक होन करके या जो भी है उन्होंने इन आउट बेकरी के बाहर जाके गड्डी लाती वो ट्रैकर लगा हुआ सी लेकिन वो ट्रैकर दे विच जड़ा हैगा गड्डी होन करके उन्होंने फिर इन आउट के बाहर लाने तो बाद उतों भज गए ने बेटे नू अपना बेटा उतों फिर वापस आ गया। पता नहीं जी कोई गर्म ख्याली ग्रुप भी साढ़े मगर लगे हुए ने कुछ होर भी रडार से सानू आप समझ नहीं आ रही जी। असी गवर्नमेंट नू 50-100 ईमेल सी एम साहब नू डी जी पी साहब नू कमिश्नर साहब नू लेकिन साड़ी कोई सुनवाई नहीं हो रही जी। असी आप बड़े परेशान हाँ जी पंजाब रहीए कि छड़ दईए 140 साल तो असं गुरबाणी की सेवा कर रहे हैं तो अभी साढ़े बच्चों सरेआम बंदूकों की नोक से चुकया जा रहा वै अभी हाँ जी असी पुलिस को शिकायत दे रहे हैं जी। सानू पुलिस कोपरेट कर रही पूरी कोपरेट कैसी कोई गल नहीं पुलिस वालों लेकिन साड़ी मंग यह है जी कि दोषियों को फड़िया जाए इमीडिएट तो सानू इंसाफ दवाया जाए तो साड़ी परिवार की सिक्योरिटी का इंतजाम किया जाए ता ही अभी इतने रह सकते अजे तक पुलिस ने पहली भी नहीं कोई कार्रवाई सानू दस्या जी कि कौन है बंदे लेकिन साढ़े गर्म ख्याली ग्रुप पहले ही चल रहे हैं साड़ी फर्म के मगर टारगेट हमेशा ही है साड़ी फर्म टारगेट होंगी है कोई तवज्जो नहीं दे रहे कोई कुछ नहीं कर रहे यही मंग करते हैं जी। जे पंजाब सरकार साड़ी कर सकती है सिक्योरिटी की सेफ्टी तो ठीक है नहीं तो असी पंजाब छड़न तैयार हैं जी। असी बेटा सानू उतों इन आउट बेकरी से ही उन्होंने छड़ गए वह वापस गड्डी चला के उत्थे मौके पर ही के एफ सी के बाहर आ गया रणजीत अमी ਜਿੱਦਾਂ ਪਿਛਲੇ ਦਿਨੇ ਵੀ ਘਟਨਾਵਾਂ ਵਾਪਰੀਆਂ ਹਾਂਜੀ ਉੱਥੇ ਫੈਕਟਰੀ ਦੇ ਵਿੱਚ ਹਾਂਜੀ ਕੀ ਲੱਗਦਾ ਤੁਹਾਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕੋਈ ਕੁਝ ਨਹੀਂ ਕਹਿ ਸਕਦੇ ਜੀ ਇਹ ਮਹਾਰਾਜ ਨੂੰ ਹੀ ਪਤਾ ਵਾ ਕੋਈ ਪੋਸੀਬਿਲਟੀ ਸਭ ਪੋਸੀਬਿਲਟੀ ਹੈ ਜੀ ਉਹਨੂੰ ਵੀ ਜੋੜ ਸਕਦੇ ਹਾਂ ਪਿੱਛੇ ਸਾਹਿਬ ਮੇਰੇ ਬ੍ਰਦਰ ਦੀ ਰੇਕੀ ਉੱਥੇ ਹੋਈ ਆ ਉਹਨਾਂ ਵੀ ਹਿੰਦੂ ਮੁਸਲਮਾਨ ਦਾ ਵੀ ਮਸਲਾ ਬਣਾ ਦਿੰਦੇ ਨੇ ਮਤਲਬ ਕੋਈ ਨਾ ਕੋਈ ਸਾਡੀ ਫਰਮ ਨੂੰ ਡੀਗ੍ਰੇਡ ਕਰਨ ਦੀ ਚਾਲਾਂ ਚੱਲੀ ਜਾ ਰਹੇ ਨੇ ਅਜਿਹਾ ਨਹੀਂ ਚੱਲ ਰਹੇ ਕਈ ਸਾਲਾਂ ਤੋਂ ਚੱਲ ਰਹੇ ਨੇ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਮੀਡੀਏਟ ਸਿਕਿਉਰਟੀ ਦੇਣ ਦਾ ਪ੍ਰਬੰਧ ਕਰ ਸਕਦੇ ਨੇ ਤਾਂ ਅਸੀਂ ਇੱਥੇ ਰਹਾਂਗੇ ਨਹੀਂ ਤਾਂ ਅਸੀਂ ਜਦੋਂ ਕਹਿਣ ਅਸੀਂ ਇੱਥੋਂ ਪੰਜਾਬ ਛੱਡਣ ਨੂੰ ਤਿਆਰ ਹਾਂ ਜੀ ਅਸੀਂ ਬਹੁਤ ਪਰੇਸ਼ਾਨ। ਅਪੀਲ ਕੀ ਕਰਨਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਕਿਹਾ ਜੀ ਅਫਸਰ ਤੇ ਜੋ ਹਾਂਜੀ ਉਹ ਆਏ ਮੌਕੇ ਦੇ ਵਿਰਕ ਸਾਹਿਬ ਆਏ ਨੇ ਖੋਸਾ ਸਾਹਿਬ ਆਏ ਨੇ ਉਹਨਾਂ ਨੇ ਮੌਕੇ ਤੇ ਗਏ ਨੇ ਉਹਨਾਂ ਨੇ ਵੇਖਿਆ ਹੋਇਆ ਪਰਚਾ ਦਰਜ ਕਰਨ ਲੱਗੇ ਨੇ ਅਤੇ ਬਾਕੀ ਕਹਿੰਦੇ ਭਰੋਸਾ ਉਹਨਾਂ ਨੇ ਦਵਾਇਆ ਸਾਨੂੰ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ ਬਾਕੀ ਹੁਣ ਜੋ ਹੋਏਗਾ ਕਿ ਉਹ ਪਤਾ ਨਹੀਂ। ਤੁਹਾਨੂੰ ਧਮਕੀਆਂ ਆ ਰਹੀਆਂ ਨੇ ਉਹ ਕਿੰਨੀ ਦੇਰ ਤੋਂ ਸਿਲਸਿਲਾ ਚੱਲ ਰਿਹਾ ਹੈ ਕਈ ਸਾਲਾਂ ਤੋਂ ਹੈ ਜੀ ਉਹਦਾ ਕੀ ਪਲੇਟਫਾਰਮ ਕੀ ਫੋਨ ਕਰਦੇ ਨੇ ਈਮੇਲ ਕਰਦੇ ਨੇ ਨਹੀਂ ਸਾਨੂੰ ਆਪਣਾ ਸਾਡੀ ਦੁਕਾਨ ਦੇ ਬਾਹਰ ਹੀ ਆ ਜਾਂਦੇ ਨੇ ਕੋਈ ਸਾਡੇ ਫੈਕਟਰੀ ਦੇ ਮਿਲੇ ਭਗਤ ਨਾਲ ਆਉਂਦਾ ਮਤਲਬ ਹਮੇਸ਼ਾ ਫਰਮ ਨੂੰ ਹੀ ਸਾਡੇ ਟਾਰਗੇਟ ਕੀਤਾ ਜਾਂਦਾ ਅੱਜ ਤਾਂ ਸਾਰੇ ਆਮ ਹੀ ਬੱਚਿਆਂ ਨੂੰ ਹੀ ਚੁੱਕ ਕੇ ਲੈ ਗਏ ਸਾਡੇ ਚਲੋ ਕਿਹੜੇ ਦੋਸ਼ੀ ਆ ਅਸੀਂ ਨਹੀਂ ਕਹਿ ਸਕਦੇ ਪਰ ਸਾਨੂੰ ਬਸ ਆਪਣੇ ਸਾਡੀ ਜਾਨ ਨੂੰ ਬਚਾਇਆ ਜਾਏ ਸਾਡੀ ਫਰਮ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਸਾਡੇ ਕੀਤੀ ਜਾਏ ਅਸੀਂ ਇਸ ਬੱਚਾ ਸਹੀ ਸਲਾਮਤ ਹਾਂਜੀ ਬੱਚਾ ਇਸ ਵੇਲੇ ਸਾਡੇ ਕੋਲ ਸਹੀ ਸਲਾਮਤ ਵਾਪਸ ਆ ਗਿਆ ਅੰਦਰ ਬੁਲਾ ਰਹੇ ਨਹੀਂ ਹਾਂਜੀ ਮੈਮ ਕੀ ਮਾਮਲਾ ਸਾਰਾ ਜੀ ਆਪਣਾ ਜੀ ਜਿਹੜਾ ਇੱਕ ਬੱਚੇ ਨੂੰ ਕਿਡਨੈਪ ਕਰਕੇ ਲੈ ਕੇ ਗਿਆ ਇਹ ਫੈਮਿਲੀ ਆਈ ਸੀ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਫੈਮਿਲੀ ਆ ਇਹ ਜੋ ਛਪਾਈ ਦਾ ਕੰਮ ਕਰਦੇ ਆ ਪੂਰੀ ਫੈਮਿਲੀ ਇੱਥੇ ਰਣਜੀਤ ਐਵਨਿਊ ਖਾਣਾ ਖਾਣ ਆਏ ਸੀ ਦੋ ਬੱਚੇ ਸੀ ਕੇ ਐਫ ਸੀ ਦੇ ਸਾਹਮਣੇ ਸਾਰੀ ਫੈਮਿਲੀ ਖਾਣਾ ਖਾਣ ਲਈ ਸਟਾਰਬਕ ਵਾਲੀ ਮਾਰਕੀਟ 'ਚ ਗਈ ਸੀ ਇਹ ਬੱਚੇ ਕਹਿੰਦੇ ਕਿ ਅਸੀਂ ਖਾਣਾ ਖਾਣ ਨਹੀਂ ਜਾਣਾ ਇਹ ਗੱਡੀ 'ਚ ਹੀ ਬੈਠੇ ਹੋਏ ਸੀ ਉੱਥੇ ਚਾਰ ਜਿਹੜੇ ਵਿਅਕਤੀ ਆਏ ਆ ਜਿਨ੍ਹਾਂ ਨੇ ਇਹਨਾਂ ਦੀ ਗੱਡੀ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਡਮ ਉਹ ਮੂੰਹ ਬੰਨੇ ਸੀ ਜਾਂ ਸਰਦਾਰ ਸੀ ਜਾਂ ਮੋਨੇ ਸੀ? ਇਹਨਾਂ ਬੱਚਿਆਂ ਦੇ ਦੱਸਣ ਦੇ ਅਕੋਰਡਿੰਗ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਅਤੇ ਮੋਨੇ ਸੀ। ਪਰ ਤੁਹਾਨੂੰ ਕੀ ਲੱਗਦਾ ਕਿਡਨੈਪਿੰਗ ਦਾ ਮਾਮਲਾ ਜਾਂ ਫਿਰ ਕੋਈ ਖੋਹ ਦਾ ਮਾਮਲਾ? ਇਹ ਤਾਂ ਵੇਖੋ ਜੀ ਤਫਤੀਸ਼ 'ਚ ਆ ਜੋ ਤਫਤੀਸ਼ ਅੱਗੇ ਦੀ ਅੱਗੇ ਸਾਹਮਣੇ ਆਏਗਾ ਉਸ ਹਿਸਾਬ ਦੇ ਨਾਲ ਜੋ ਵੀ ਆ ਬਾਅਦ 'ਚ ਪਤਾ ਲੱਗੇਗਾ। ਫਿਲਹਾਲ ਬੱਚਿਆਂ ਦੇ ਬਿਆਨ ਇਹਨਾਂ ਦੇ ਫਾਦਰ ਦੇ ਬਿਆਨ 'ਤੇ ਜਿਹੜੇ ਐਫ ਆਈ ਆਰ ਦਰਜ ਹੋ ਰਹੀ ਹੈ। ਸੀ ਸੀ ਟੀ ਵੀ ਮੈਮ ਜਿਹੜੀ ਉੱਥੇ ਹੋਈ ਹੈ ਸੀ ਸੀ ਟੀ ਵੀ ਕਢਾਈ ਜਾਏਗੀ?
सब कुछ होएगा जी। फर्स्ट जिहड़ा पुलिस का जिहड़ा प्रायोरिटी बेस पर वर्क हुंदा है सारा तुरंत एक्शन जिहड़ा करके जिहड़ा जल्द तो जल्द दोषियों की भाल की जाएगी।